ਆਪਣੇ ਸੰਦ ਦਾ ਫਾਇਦਾ ਹੈ ਜਾਂ ਜੀ ਕਰਿਆ ਬੰਦ ਕਰ ਲੂ ਹੈ ਜੀ ਦੋ ਕੁਆਟਰ ਹੋ ਜੂਗਾ ਬਹੁਤ ਆ ਵਿੱਚ ਹਵਲਾ ਮਾਰਦੀ ਹੋ ਨਿਕਲੀ ਹੈ ਚਾਲੀ ਪੰਡਾ ਓਹਦੀਆਂ ਤੂੜੀ ਵਾਲੀ ਪਾ ਕੇ ਢਵਾਈ ਕਰਨੀ ਘੰਟਾ ਤਿੰਨ ਵਿਘੇ ਸਾਵਾਂ ਢਾਈ ਤਿੰਨ ਉਕਣਾ ਹੈ ਵੀ ਨਹੀਂ ਸਰ ਉਹ ਆਹੋ ਉਨੀ ਕੈੜੀ ਵੀ ਨਹੀਂ ਹੈਗੀ ਇਹ ਕੱਟੇ ਹੋਣੀ ਕੁਆਂਟਰ ਖੰਡ ਮਸਾ ਹੋਣੀ ਇਹਦਾ ਜੋ ਹੋਈ ਚੁਬਦਾ ਫੇਰ ਤੁਰ ਇੱਕ ਨਹੀਂ ਖਾਲੀ ਛੱਡਣਾ ਤੁਸੀਂ ਇਹ ਫੇਰ ਖਾਲੀ ਰਹਿਣਾ ਤਾਂ ਫੇਰ ਗੰਨਾ ਲਾਇਆ ਵਾ ਨਾ ਗੰਨਾ ਲਾਇਆ ਹੋਇਆ ਇਹ ਖੇਤ ਖਾਲੀ ਹੋਤਾ ਚੰਗਾ ਹੋ ਜਾਣਾ ਖਾਲੀ ਕਿਉਂ ਵੀ ਲੇਟ ਪਾ ਹੋਇਆ ਕੰਮ ਹਾਂ ਸਰ ਉਹ ਤਾਂ ਹੈ ਨਹੀਂ ਮੈਨੂੰ ਲੱਗਦਾ ਕਿਸੇ ਦੀਆਂ ਹਾਂ ਸਾਨੂੰ ਬਹੁਤ ਲੇਟ ਲਾਈ ਜਾਂਦਾ ਬਹੁਤ ਜ਼ਿਆਦਾ ਲੇਟ ਬਸ ਹੋ ਗਈ ਐਂ ਕਹਿ ਤਾਂ ਹੋ ਗਈ ਬਸ ਇਹ ਦੇਖ ਲਾ ਕੱਢ ਕੇ ਗਰੇ ਵਾਲੀ ਹੁੰਦੀ ਹੈ ਅੱਗੇ ਬਿਲੀ ਨਾ ਕਾਲੀ ਉਹ ਸੁੱਕਣਾ ਪਏ ਨੇ ਬਣ ਜਾਣਾ ਇੱਟਾਂ ਨਹੀਂ ਉਪਰ ਜਾਂਦਾ ਇਹਦਾ ਲਾਏ ਦੀ ਹੋਊਗਾ ਜਿਹੜੀ ਆ ਗਈ ਲਾਏ ਬੋਲਦਾ ਕੌਣ ਮੈਂ ਤਾਂ ਫੋਨ 'ਚ ਬੋਲਦਾ ਉੱਧਰ ਚੱਲ ਦੋ ਸਪੀਕਰ ਬੋਲਦਾ ਮੈਂ ਹਵਾ ਨਾਲ ਆਵਾਜ਼ ਆਉਂਦੀ ਹੈ ਮੌਸਮ ਮੀਂਹ ਦੱਸਿਆ ਵੈਜ ਖਰਾਬ ਠੀਕ ਹੈ ਮੌਸਮ ਕਿਹਾ ਦੱਸਿਆ ਵੈਜ ਮੈਂ ਨਹੀਂ ਪਤਾ ਬਾਈ ਕਿਹਾ ਤੂੰ ਨਾ ਕਰਾ ਭਾਈ ਸਾਡੀ ਸਰੋਂ ਕੱਢੀ ਜਾਵੇ ਅੱਜ ਹੱਥ ਮਗੇ ਤਿਆਰ ਖੜੇ ਜੀ ਤਿਆਰੀ ਥੋੜੀ ਨਹੀਂ ਸਾਡੀ ਰਾਣੀ ਨੂੰ ਪੁੱਛਿਆ ਦੋ ਵੇੜੇ ਮਾਰ ਗਿਆ ਮੈਂ ਦੋੜ ਖੇਤ ਦੇ ਮਾਲ ਲਵਾਂ ਜਦਾਂ ਪਹਿਲਾਂ ਮੈਂ ਥੈਲੇ ਭਰੇ ਕਣਕ ਦੇ ਪਹਿਲੇ ਮਾਲਕਾਂ ਜਿਨ੍ਹਾਂ ਨੇ ਕਢਾਉਣੀ ਆ ਉਹ ਆਏ ਨਹੀਂ ਬਾਈ ਤਿੰਨ ਵਾਰ ਪੁੱਛ ਗਿਆ ਗੱਗਾ ਤਾਂ ਨਹੀਂ ਆਇਆ ਗੱਗਾ ਤਾਂ ਨਹੀਂ ਆਇਆ ਆਪਣੀ ਕੱਢਣੀ ਮੈਂ ਤੇ ਬਾਅਦ ਮੈਂ ਤਾਂ ਗਾਲੀ ਕਰਦਾ ਤੇ ਬੱਤਲੋਂ ਵੱਜਦਾ ਮੌਸਮ ਕੱਲੂ ਖਰਾਬ ਦੱਸਿਆ ਜੇ ਡਰਾਈ ਜਾਂਦਾ ਮੌਸਮ ਤਾਂ ਅਪ੍ਰੈਲ ਖਰਾਬ ਹੀ ਹੁੰਦਾ ਖਰਾਬ ਨਹੀਂ ਹੁੰਦਾ ਉਹ ਡਰਾਬੇ ਐ ਕੁਝ ਨਹੀਂ ਹੁੰਦਾ ਇਹਨੂੰ ਥੋੜਾ ਜਿਹਾ ਚਾਬੀ ਦਿੰਦਾ ਕਿਸਾਨਾਂ ਦੀ ਤਿਆਰ ਰਹੋ ਵੀ ਹਿੰਮਤ ਮਾਰੋ ਹਿੰਮਤ ਆ ਗਿਆ ਮੈਂ ਅਰ ਜਾਂ ਦੇਖੀ ਕੰਮ ਮੁੱਕ ਲਿਆ ਫਿਰ ਪੈਣਾ ਵੀ ਨਹੀਂ ਸਰਕਾਰੀ ਬੋਰੀ ਉਹ ਭਰ ਲਈ ਕਿੰਨੇ ਥੈਲੇ ਹੋ ਗਏ ਤੇਈ ਦਸ ਕੁਇੰਟਲ ਗੇਟ ਚ ਹੋਊਗੀ ਦਸ ਤਾਂ ਹੈਗੀ ਆ
ਚਾਰ ਚਾਰ ਦੂਨੀ ਅੱਠ ਨੌ ਕੁਇੰਟਲ ਲੈ ਕੇ ਆਹੋ ਦਸ ਦੇ ਰੱਖ ਲਾ ਉੱਕੀ ਪੱਕੀ ਜੀ ਘੱਟ ਵੱਧ ਲਾ ਕੇ ਪੰਤਾਲੀ ਦੂਣਾ ਨੱਬੇ ਉਹੀ ਰੱਖਿਆ ਸਾਢੇ ਨੌ ਦਸ ਕੁਇੰਟਲ ਗੇਟ ਚ ਇੰਗਲੈਂਡ ਵਾਲੇ ਪਹੁੰਚ ਚੁੱਕੇ ਨੇ ਬਾਈ ਆਪਣੇ ਚਰਨਾਂ ਕੇ ਲਾ ਲਈ ਅੱਜ ਵੀ ਗਿਆ ਵਾ ਚੱਕਲਾ ਗਿਆ ਵਾ ਕਣਕ ਵਟਾਉਣ ਜੀ ਤਰ੍ਹਾਂ ਦੀ ਮੈਨੂੰ ਬੰਦਾ ਚਾਹੀਦਾ ਗੁੱਡ ਡਰਾਈਵਰ ਹੋਰ ਕਣਕ ਵੱਢਣੀ ਬਾਮ ਦੀ ਮਸ਼ੀਨ ਉਹ ਕਿੱਥੇ ਹੈ ਕੌਣ ਤੇਰਾ ਦੂਆ ਪੰਮਾ ਜੀ ਪੰਮਾ ਟਰਾਲਾ ਖੜਾ ਕੇ ਆ ਗਿਆ ਉੱਥੇ ਜਾਊਗਾ ਪੰਮਾ ਪੰਮੇ ਨੂੰ ਫੋਨ ਮਾਰ ਦੇ ਪਤਾ ਨਹੀਂ ਮਾਰ ਦੇ ਜਾਊਗਾ ਇਧਰ ਅਸੀਂ ਤਾਂ ਗੁੰਮ ਹਰੇ ਹੋਣੇ ਅੱਜ ਸਰ ਮੋਟਰ ਥੱਲੇ ਹੀਲਾ ਟਰੈਵਲ ਦਾ ਕਿੰਨੇ ਲੈ ਦੋ ਮੈਂ ਫੋਨ ਮਾਰ ਦੀ ਬਾਬੇ ਕੰਮ ਸ਼ੁਰੂ ਹੋਣ ਲੱਗਿਆ ਉਹ ਕਿਤੇ ਹੋਰ ਤੇ ਕਹਿ ਕੇ ਮਾਰਾ ਲਵੇ ਅਸੀਂ ਜਾਣਾ ਤੇਰੇ ਹਾਂ ਬਾ ਫੋਨ ਮਰਾ ਦੀ ਅਸੀਂ ਆਪੇ ਜਾਣਾ ਬਾਬਾ ਕਾਹ ਨੂੰ ਕਹਿ ਦੀਗਾ ਫੋਨ ਮਾਰ ਦੇ ਫੋਨ ਮਰਾ ਦੀ ਇੱਕ ਬੰਦਾ ਡਰਾਈਵਰ ਲਿਆਉਂਗੇ ਨਾ ਕੋਈ ਗੱਲ ਨੀ ਅੱਜ ਹੱਥੇ ਅੱਜ ਹੱਥ ਖੋਲਾ ਮੈਂ ਵੀ ਅੱਜ ਲੈਸੇ ਡਰਾਈਵਰ ਤਕੜਾ ਰੋਪੜ ਜਿੰਦਾ ਪੈ ਜਾਂਦਾ ਫੇਰ ਬੰਦਾ ਪੈਂਦਾ ਯਾਰ ਮਸ਼ੀਨ ਆ ਜਾਂਦੀ ਆ ਨਹੀਂ ਬੰਦਾ ਦੀਪੜੀ ਆਉਂਦਾ ਹੁਣ ਸੀਜ਼ਨ ਆਉਣ ਵਾਲੇ ਇੱਕ ਚੀਜ਼ ਨਿਕਲੀ ਵੈਸੇ ਮੰਨ ਨੂੰ ਤਿੰਨ ਟਰੇਲੇ ਚਾਹੀਦਾ ਫਿਰ ਸਾਹਮਣੇ ਆਪਾਂ ਕਹੀਏ ਮੰਡ ਨੂੰ ਮੇਨ ਸੜਕ ਉਹ ਤੁਹਾਡੇ ਪਿੰਡ ਨੂੰ ਚਲੇ ਜਾ ਤਾਂ ਵੀ 7 ਕਿਲੋਮੀਟਰ ਆਉਂਦਾ ਉਹ ਜਿਹੜੀ ਹੁਣ ਉਰੇ ਵਾਟ ਵੱਢ ਲਈ ਇਹਨਾਂ ਨੇ ਉਹ ਤਾਂ ਨੀ ਟੱਪੇ ਨੂੰ ਵੱਢਣੀ ਉਹ ਟੱਪੇ ਵੱਢਣੀ ਪੈਣੀ ਹੈ ਇੱਕੋ ਗੱਲ ਹੈ ਉਹ ਰੋੜ ਘੜ ਉੱਧਰ ਪੈ ਜਾਣੇ ਉਹੀ ਗੱਲ ਹੈ ਇੱਥੇ ਜੰਮ ਤਾਂ ਟੱਪੇ ਥੋੜਾ ਪਿੰਡ ਸਿੱਧਾ ਫਿਰ ਤਾਂ ਚੱਲੀ ਜਾਂਦਾ ਉਹਦਾ
ਮੈਂ ਮਸ਼ੀਨ ਨਾ ਆਵੇ ਰਾਸਤੇ ਆਪਣੇ ਕਿੰਨੀ ਬਹੁਤ ਚੌੜੇ ਫਿਰ ਮਸ਼ੀਨ ਆਈ ਨੀ ਫਿਰ ਆ ਸਾਈਡ ਤੇ ਨੀ ਔਖੀ ਹੋਈ ਕਰਦੇ ਥੱਲੇ ਲੰਘਣਾ ਕਿੱਡਰੇ ਉੱਪਰ ਚੱਕ ਲਾ ਭਾਜੀ ਥੱਲੇ ਲੰਘ ਜਾਣਾ ਮੈਂ ਦੇਖਿਆ ਹੁਣ ਜਾਂਦੀ ਸੀ ਜੀ ਟੋਕੇ ਪਰ ਪਹੀਆਂ ਹੈ ਨੀ ਆਪਣੇ ਤਾਂ ਬਹੁਤ ਖੁੱਲੇ ਰਸਤੇ ਆ ਜੀ ਆਹ ਵੀ ਪਹੀ ਬੜੀ ਆ ਉਧਰ ਵੀ ਪਹੀ ਬੜੀ ਆ ਜਦ ਬੜੀ ਹੈ ਨੀ ਦੋ ਕੋਠੀ ਰਹੀ ਆ ਤਿੰਨ ਇਕੱਠੇ ਦੀ ਆ ਇਹ ਵੀ ਇਹ ਹੈਗਾ ਫਰਕ ਜੇ ਕਿਤੇ ਪੂਰੀਆਂ ਹੋਵੇ ਮੈਂ ਕਹਿੰਦਾ ਇੱਥੇ ਟਰੈਲੀ ਕ੍ਰਾਸ ਹੁੰਦੀ ਆ ਬਰਾਬਰ ਟਰੈਲੀ ਨੂੰ ਟਰੈਲੀ ਕ੍ਰਾਸ ਹੁੰਦੀ ਹੁਣ ਕਿੱਥੇ ਹੋ ਜੂਗੀ ਇਹ ਤਾਂ ਜਿਹੜੀ ਦੋ ਵਾਲੀ ਡੇਢ ਵਾਲੀ ਰਹੀ ਵੀ ਆ ਜਿਹੜੀ ਤਿੰਨ ਵਾਲੀ ਆ ਦੋ ਵਾਲੀ ਰਹੀ ਵੀ ਆ ਜਿੱਦਾਂ 11 12 ਟਰਾਲੀ ਬਣਨੀ ਆ ਬੱਸ ਨਹੀਂ ਬਣਦੀ ਇੰਨੇ ਵੰਡ ਜਾ ਜਿੱਥੇ ਮਰਜੀ 11 12 ਬਣ ਇੰਨੇ ਕਿ ਉਸ ਤਾਂ ਹੀ ਸਾਡੀ ਅੱਛਾ ਇੱਕ ਵਾਰੀ ਬਣਾਈਆਂ ਮੈਂ ਤਾਂ ਇਹਨਾਂ ਕੋਲ 20 ਟਰਾਲੀਆਂ ਚੱਲ ਕੇ ਨਾ ਜਿਹੜੇ ਮੁੰਡੇ ਇਹਨਾਂ ਕੋਲ ਮਸ਼ੀਨ ਹੁੰਦੀ ਦੂਰ ਕੋਲ ਕਿਆ ਨਾਮ ਤਿੰਦੇ ਕੋ ਤਿੰਦੇ ਕੋ ਹਾਂ ਨਾ ਤਿੰਦਾ ਫਿਰ ਉਹ ਤਿੰਦਾ ਤਿੰਦੇ ਤਿੰਦੇ ਕੋ ਨੱਚਦਾ ਤਾਂ ਦੇਖੋ ਹੀ ਤਿੰਦੇ ਇੰਨੇ ਪੈਸੇ ਕਮਾਏ ਤੂੜੀ ਚ ਹਾਂ ਤਿੰਦੀ ਚਲੇ ਗਿਆ ਹਾਂ ਬਿਮਾਰੇ ਹੁੰਦੀ ਸੀ ਕੀਲਾ ਕੱਢਾ ਬਿਮਾਰ ਆ ਗਰਦ ਬਹੁਤ ਚੜਦੀ ਸੀ ਉਹਨੂੰ ਗਰਦ ਬਹੁਤ ਚੜਦੀ ਸੀ ਕਾਣੂ ਦੇ ਕਣ ਲੈ ਕਣ ਸਵਰਾਜ ਦੀ ਆਵਾਜ਼ ਇਹੋ ਜੀ ਬਾਈ ਰਾਟ ਪਾਉਂਦਾ ਹੜਕ ਖਾਲੀ ਰਾਟ ਪਈ ਜਾਂਦਾ ਆਵਾਜ਼ ਇਹੋ ਜੀ ਆ ਉਹ ਚੱਕੀ ਆ ਉੱਥੇ ਤਾਂ ਵੀ ਆਪਾਂ ਨੂੰ ਸੁਣੂ ਵੀ ਆ ਰਿਹਾ ਟਰੈਕਟਰ ਜਾਂ ਰੋਡ ਪਰ ਜਾਂਦਾ ਜੌੜੀ ਆ ਸਾਰੇ ਗੁੰਮ ਜੇ ਇਹ ਗੁੰਗੇ 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 ਸਾਲੇ ਚੁੱਪ ਚਾਪ ਕੰਮ ਕਰੀਆਂ ਜ਼ੋਰ ਮਾਰ ਕੇ ਮੈਂ ਫਟ ਲੱਗੀ ਅੱਜ ਹੋ ਗਿਆ ਇਹ ਸਵੇਰੇ ਅੱਜ ਇਕੱਠੀ ਹੋ ਗਈ ਸੀ ਸਾਹਿਬ ਉਹਦਾ ਮੈਂ ਫਟੜ ਹੋ ਗਿਆ ਸਲਾਂਸਰ ਲੱਗ ਗਿਆ ਕਰਮ ਸਲਾਂਸਰ ਕਹਿ ਲੱਗਦਾ ਚਾਚੇ ਦੇ ਘਰ ਲੱਗਿਆ ਭਾਈ ਆਹ ਬਾਗ ਦਾ ਤਪੂਕ ਦੀ ਬਾਈ ਆ ਦੇਖੋ ਚਾਚੇ ਦੇ ਘਰ ਆਇਆ ਦਾ ਕੰਮ ਹੋਇਆ ਘਰ ਤੇ ਸਟਾਰਟ ਕਰਕੇ ਤੇਰੇ ਘਰ ਤੱਕ ਇੰਨਾ ਕਰਮ ਹੋ ਗਿਆ ਇਹ ਹਾਂ ਤੈਨੂੰ ਕਹਿਣੇ ਆਇਆ ਤਾਂ ਮੈਂ ਵੀ ਟੈਂਡਰ ਲਿਆ ਮੈਂ ਚੱਲਿਆ ਸਲਾਂਸਰ ਨਾ ਜਿਹੜਾ ਬੁਲਟ ਦਾ ਜੇ ਰੋਖ ਖੜਾਉਣਾ ਪੈ ਗਿਆ ਇਹਦਾ ਮੁੱਲਾ ਬੈਂਡ ਲੱਗ ਜਾਂਦਾ ਬਸ ਉਹ ਬਾਈ ਬਹੁਤ ਔਖਾ ਕੰਮ ਆ ਉਹ ਨਹੀਂ ਥੋੜਾ ਘਰ ਕਿੰਨੇ ਕਿਲੋਮੀਟਰ ਦਾ ਸਾਲਾ ਕਿਲੋਮੀਟਰ ਨਹੀਂ ਇੱਕ ਨਹੀਂ ਕਰਮ ਹੁੰਦਾ ਇਹਦਾ ਸਾਲਾ ਇਹ ਸਿੱਧੀ ਅੱਗ ਤਾਂ ਪੈਂਦੀ ਉਹਦੇ ਕੋਲ ਸਿੱਧੀ ਉਹ ਪੈਂਦਾ ਸਿੱਧੇ ਇੰਜਣ ਤੇ ਉਹੀ ਆਉਂਦਾ ਅੱਗੇ ਆਉਂਦੀ ਆ ਅੱਗੇ ਆਉਂਦੀ ਸਾਲੀ ਵਿੱਚ ਤੇ ਲਾਲ ਹੋ ਜਾਂਦੇ ਤਾਂ ਨਹੀਂ ਹਾਂ ਬੁੱਢਾ ਦਾ ਫਰਕ ਆ ਕਰਮ ਜਦਾ ਹੁੰਦਾ ਇਹ ਕਰਮ ਜਦਾ ਹੁੰਦਾ ਇੱਕ ਜਿਹੜਾ ਦੂਏ ਆਪਣੇ ਪੱਟੀ ਨੇ ਹੁੰਦੇ ਸਾਈਡ ਦੇ ਥੱਲੇ ਲੱਗ ਗਿਆ ਚਲਾਨ ਤੱਕ ਹਾਂ ਇਹ ਸਾਲਾ ਸਾਈਡ ਪਰ ਪੈਰ ਵੀ ਨਹੀਂ ਆ ਜਾਂਦਾ ਆਹ ਲੱਗ ਆਹ ਤਾਂ ਲੱਤ ਲੱਗ ਗਈ ਉਹਦਾ ਉਹਦਾ ਥੱਲੇ ਇੰਜਣ ਦੇ ਹਾਂ ਇਹਨੂੰ ਜੇ ਟੇਟਾ ਹੋ ਗਿਆ ਇਹਨੂੰ ਲੱਗ ਜਾਣੀ ਬਸ ਹਾਂ ਪੱਟੀ ਬਣਨੀ ਆ
ਡਾਕਟਰ ਲਾਈ ਲੈ ਗਿਆ ਹਾਜ਼ਰ ਜਾ ਕੇ ਨਿਰਨੇ ਕਾਲ ਦੀ ਦਵਾਈ ਇਹਦੇ ਕਰਕੇ ਨੀ ਫਿਰ ਮੈਂ ਉਸੇ ਦੇ ਮੋਟਰਸਾਈਕਲ ਮੋਟਰ ਡਾਕਟਰ ਪਾ ਤੂੰ ਮੇਰੇ ਵਰਗੇ ਕਹਿੰਦਾ ਇਹਦਾ ਤੇਰਾ ਫੋਨ ਤਾਂ ਮਿਲਦਾ ਹੈਗਾ ਤੈਨੂੰ ਕਹਿਣਾ ਵੀ ਡੇਵਿਡ ਥੈਸਰ ਵੀ ਜੋੜ ਲਾ ਵੀ ਮੈਂ ਚੱਲਿਆ ਇਕੱਠਾ ਕਰ ਲਾ ਮੈਂ ਆਪ ਚੱਲਿਆ ਸਾਰਾ ਹਾਜ਼ਰੇ ਤੇਰਾ ਮੈਂ ਜੋਰ ਮਾਰਦਾ ਜਾ ਕੇ ਮੈਨੂੰ ਕਿਆ ਪਤਾ ਵੀ ਆ ਕੰਮ ਕਰ ਦਿੰਦਾ ਫੋਨ ਪਤਾ ਨਹੀਂ ਸਵੇਰ ਨੂੰ ਮਿਲਦੇ ਨਹੀਂ ਤੇ ਪਤਾ ਨਹੀਂ ਕਿਆ ਚੱਕਰ ਮੈਂ ਭਈਆ ਕਰਿਆ ਦਾੜੀ ਵੇ ਫਿਰ ਹੁਣ ਭਈਆ ਲੱਗਿਆ ਵਾ ਹਾਂ ਠੀਕ ਆ ਚਾ ਠੀਕ ਆ ਇਹ ਕੰਮ ਨਿਬੜ ਜੂਗਾ ਹੁਣ ਕਿਹੜਾ ਦਾੜੀ ਵੇ ਲੱਗਿਆ ਉਹ ਤਾਂ ਚੱਕੀ ਕੋਲ ਵੜਦੇ ਭਈਆ ਅੱਜ ਉੱਧਰ ਵੀ ਲਾਤੇ ਵੱਢਣ ਲਾਟ ਉਹਦੇ ਬਾਅਦ ਦੇਖਦੇ ਆ ਹੁਣ ਫਿਰ ਕੱਢਣੀ ਆ ਇੱਥੇ ਦੁਪਹਿਰੇ ਦੇ ਬਾਅਦ ਦੁਪਹਿਰੇ ਜੀ ਨਿਬੇੜੀਏ ਕੰਮ ਗਾਇਦੀ ਗੱਲ ਠੀਕ ਨਹੀਂ ਗੱਲ ਵਧੀਆ ਇੱਕ ਢੋਲ ਭਾਨਾ ਦਲਵੀਰ ਨੂੰ ਕਹਿੰਦਾ ਦਲਵੀਰ ਆਏ ਨੀ ਮੁੜ ਕੇ ਕਿੰਨੇ ਵਜੇ ਗਿਆ ਮੈਂ ਤੈ ਗਿਆ 9 ਵਜੇ ਹਾਂ ਹੁਣ 10 ਵਜੇ ਹਜੇ ਫਿਰ 9 ਵਜੇ ਤੈਨੂੰ ਮੈਂ ਭਰ ਕੇ ਰੱਖਤੇ ਢੋਲ ਕਿੱਥੇ ਭਰਨਾ ਕਰਾਂ ਮੰਮਾ ਘਰਾਂ ਭਰੂੰਗੇ ਢੋਲ ਤਾਂ ਸ਼ਾਮ ਨੂੰ ਭਰ ਦੇਣਾ ਰੇਹੜੀ ਪਿਲੱਤ ਦੇਣੀ ਚੱਲਦਾ ਗਾ ਮਾਰੋ ਮਾਰ ਰੱਬ ਨਹੀਂ ਪੂਰਾ ਹੁੰਦਾ ਚਾਚੇ ਨਾ ਤੇ ਆਓ ਖੜੀ ਆ ਗੱਡੀ ਜਿਹੜੀ ਬਾਈ ਲੋਡ ਕਰਨੀ ਆ
ਆਪਣੇ ਸੰਦ ਦਾ ਫਾਇਦਾ ਹੈ ਜਾਂ ਜੀ ਕਰਿਆ ਬੰਦ ਕਰ ਲੂ ਆਹੀ ਬਹੁਤ ਕੰਮ ਖਰਾਬ ਹੋਇਆ ਹੋਇਆ ਨਾ ਆਹ ਲੱਗਿਆ ਕੰਮ ਕਰਨ ਦਾ ਮੈਨੂੰ ਤਾਂ ਤੰਗ ਬਹੁਤ ਕਰਦਾ ਨਾਲੇ ਜਲਿਆ ਹੋਇਆ ਤਾਂ ਬਹੁਤ ਕਰਦਾ ਆਹ ਬਾਈ ਤੇ ਕੱਢ ਕੇ ਵਿੱਚ ਹੈਲੋ ਹਾਂਜੀ ਇੱਕ ਹੋਰ ਗੱਲ ਹੈ ਬੋਲਿਆ ਨੇ ਕਿਹੜਾ ਮੰਨਣੀ ਹੈ ਕਿਸੇ ਦੀ ਹਵਾ ਲੱਜ ਮੰਨਣੀ ਪੈਣੀ ਉਹ ਨੀ ਨਾ ਮੰਨਦਾ ਮੈਂ ਮਾਲੀ ਤੋੜੀ ਆ ਹੁਣ ਉਹਦੇ ਮਰਾਉਣੀ ਆ ਉਹਦੇ ਮਰਾਣੀ ਕੋਲ ਤੇਰੀ ਗੱਲ ਕਰ ਦੇ ਉਲਟਾ ਵੀ ਤੂੰ ਗਲਤ ਹੈ ਵੀ ਤੇ ਹਵਾ ਦੇ ਕੇ ਲੈ ਆ ਇਹ ਨਹੀਂ ਪੁੱਛ ਵਾਹ ਪੱਲੀ ਬੜੀ ਆ ਸਾਰੇ ਸੈਸ਼ ਥੱਲੇ ਪਿਛਾ ਲਾ ਸੱਤ ਪੱਲੀਆਂ ਥੱਲੇ ਪਿਛਾ ਕੇ ਬੈਠ ਗਏ ਤੇ ਝਰਨੇ ਥੱਲੇ ਵੀ ਸਾਰਾ ਕੁਛ ਉੱਪਰ ਆ ਕੇ ਤਾਂ ਪੱਲੀ ਇਕੱਠੀ ਕਰੀ ਪਈ ਆ ਚਲੋ ਜੀ ਛੁੱਟੀ ਆ ਦੱਸੋ ਭਾਈ ਕੀ ਕਰੀਏ ਚਲੋ ਕੋਈ ਵਾਹ ਜੱਲੀ ਜੱਲੀ ਤੂੰ ਚੱਲਣਾ ਮਾਂ ਹਾਜੀ ਹਾਜੀ ਕਰੀਏ ਮੈਂ ਲਾਲਾ ਭਾਈ ਕਿੱਦੋਂ ਲਾਲਾ ਕਾਂਟਾ ਹੋ ਰਿਹਾ ਬਸ ਓ ਚਾਹ ਪੀ ਲੈ ਯਾ ਚਾਹ ਪੀ ਲੈ ਚਾਹ ਪੀ ਲੈ ਯਾ ਚਾਹ ਨਹੀਂ ਪੀਣੀ ਸਰ ਉਹ ਕੱਢ ਕੇ ਚਾਹ ਪੀਣੀ ਅੱਜ ਪਾਣੀ ਪਿਲਾ ਚਾਚੇ ਨੂੰ ਚਾਚੇ ਤੁਸੀਂ ਗੱਲ ਕੱਢਣੀ ਆ ਦੇਖੋ ਜੀ ਆਪਣੀ ਚੀਜ਼ ਦਾ ਫਾਇਦਾ ਵੱਧ ਕਰੋ ਫਿਰ ਖੜ ਜੂ ਇੰਨੇ ਹੁਣ ਪਹਾੜ ਚੱਲਦਾ ਤਾਂ ਹੁਣ ਹਵਾ ਘੁੰਮ ਗਈ ਤਾਂ ਰੁਕੇ ਆ ਬਾਈ ਟਰੈਕਟਰ ਬੜੇ ਲੱਗ ਜੀ ਕਰਦ ਪੈਣਾ ਕੇ ਚਾਹ ਪਾ ਦੇ ਹੁਣ ਚੂ ਪਾ ਦੇ ਹਾਂ ਡੋਲ ਲਿਓ ਵੀ ਕੋੜੀ ਜੀ ਲੌੜ ਗਈ ਬਿਜਲੀ ਆਈ ਕਿਹੜੀ ਆਈ ਪਾਲਾ ਪੈਗ ਪੈਗ ਹੁਣ ਅਗਲਾ ਚਾਚੇ ਖਤਮ ਕਰਕੇ ਪੀਣਾ ਹੈ ਅਗਲਾ ਪਾਣੀ ਹੁਣ ਖਤਮ ਕਰਕੇ ਪੀਣਾ ਲਾ ਦੀ ਚਾਹ ਸੜੀ ਖਤਮ ਕਰਕੇ ਪੀਣੀ ਦੀ ਇਹ ਨਾ ਨੇ ਹਵਾ ਬਦਲਦੀ ਹਵਾ ਹੀ ਘੁੰਮ ਗਈ ਤੋੜ ਨਾ ਹਵਾ ਮੌਸਮ ਵੀ ਖਰਾਬ ਹੋਇਆ ਆ ਯਾਰ ਤੂੰ ਟੋਕਰੇ ਚਾਹੀਦੇ ਦੋ ਦੋ ਹਲੇ ਚਾਹੀਦੇ ਨਹੀਂ ਆਉਣਾ ਹੈਗਾ ਲੈ ਵੀਰ ਹੈਲੋ ਕਿਹੜੇ ਰਹਿਣਾ ਅੱਜ ਹੂੰ ਟਰੈਕਟਰ ਸਾਫ ਕਹਿਣ ਚਲੇ ਜਾਂਦਾ ਇਹ ਤਾਂ ਇੱਕ ਪਾਸੇ ਆ ਮੈਂ ਤੁਸੀਂ ਤਾਂ ਰੁੱਗ ਲਾਉਣੇ ਪਰ ਇੱਕ ਜਮੀਨ ਬਹੁਤ ਆ ਮਰੱਬੇ ਆ ਕਦੇ ਕਿਤੇ ਕਦੇ ਕਿਤੇ ਕਹਿ ਨੀ ਕਰਦੇ ਪਰਨਾ ਬੰਦ ਲੇਟ ਹੁੰਦੇ ਆ
ਪੰਜ ਵਜੇ ਤੇ ਕੰਧਾਂ ਵੱਜਦੇ ਫਿਰਦੇ ਕਿਉਂਕਿ ਯਾਰ ਲਾਈਟ ਆਪਣੀ 5 ਵਜੇ ਆਉਂਦੀ ਆ ਪ੍ਰੋਪਰ, ਆ ਹਵਾ ਚੱਲਦੀ ਆ ਕਿਤੇ ਪਟਾਕਾ ਪੈ ਜਾਂਦਾ। ਕਿਸੇ ਨੇ ਕਣਕ ਵਧਾਈ ਹੋਣੀ ਆ, ਤਾਰ ਟੁੱਟ ਗਈ, ਤਾਰ ਕਿੱਥੇ ਤਾਹੀਂ ਸੁੱਚ ਕੱਟੀ ਹੋਈ ਹੈ ਯਾਰ, ਸੁੱਚ ਕੱਟੀ ਦੋ ਫੇਸ ਹੋ ਗਈ ਜਲਦੀ ਜਲਦੀ, ਉਹ ਕੱਲ ਕੱਲੇ ਹੋ ਗਈ ਦੋ ਫੇਸ। ਅੱਛਾ ਹਾਂ, ਤੇ ਤਾਹੀਂ ਸੁੱਚ ਕੱਟੀ ਹੋਈ ਆ, ਅੱਧਾ ਘੰਟਾ ਬਿਜਲੀ ਮਿਸ ਹੋ ਗਈ ਉਦੋਂ ਤਾਹੀਂ ਉਹ ਚੱਕਰ ਆ। ਪਤਲ ਰਹੀ ਹੈ ਅੱਜ ਜ਼ਿੰਦਗੀ ਕੀ ਚਾਹ, ਬਸ ਕਾਪੀਰਾਈਟ ਨੇ ਲਿਆ ਜੀ। ਅੱਛਾ ਭਈਏ ਭੇਜਦੇ ਨੇ ਕਿਹੜੇ ਬਣੇ ਨੂੰ ਭਈਏ, ਤੇ ਜਾਉਂਗੇ ਫਿਰ ਬਣਾ ਦੇ, ਉਹ ਬਣਾਉਂਗਾ ਤੇ ਬੱਟਣ ਦੇ ਹਲੇ ਉਧਰ ਕੱਟਣ ਗਏ ਵੇ ਆਪਣਾ ਕਣਕ, ਉਹ ਬੇਟਾ ਦੇ 2-3 ਵਜੇ ਆਉਂਗੇ, ਮੈਨੂੰ 2-3 ਵਜੇ ਆਉਂਗੇ ਆਪਣੇ ਤਾਂ ਚੱਲ ਨਿਕਲ ਜਾਣੀ ਉਦਣ, ਕਿਆ ਉਰੇ ਕੱਢ ਕੇ ਆਪਾਂ ਹਿੱਲ ਲੈਣਾ ਤੁਹਾਨੂੰ ਉਦਣ ਕੱਗੇ ਕਿਆ ਲਾਇਆ 1.5 ਕਿਲੇ ਨੂੰ ਦੱਸ, 4 ਵਜੇ ਤੇ ਲੱਗੇ ਆ, ਪੱਟ ਪੱਟ ਦੋ ਜਗ੍ਹਾ ਪੱਟ ਕੇ ਵੀ ਲਾਇਆ ਯਾਰ, ਇੱਕ ਸਟਾਰਟ ਕਰਨਾ ਔਖਾ ਇਹ, ਬਸ ਸਟਾਰਟ ਹੋ ਗਿਆ ਹਵਾ ਨਾ ਘੁੰਮੇ ਫਿਰ ਫਿਰ ਤਾਂ ਬਹੁਤ ਤੇ ਜ਼ਿਆਦਾ ਹਵਾ ਨੇ ਕੰਮ ਖਰਾਬ ਕਰਤਾ ਸਹੀ, ਮੈਂ ਕਹਿੰਦਾ ਫੇਰ ਘੁੰਮ ਗਈ ਹੈ ਇੱਧਰ ਦੀ ਉਹ ਹੁਣ, ਮੈਂ ਕਹਿੰਦਾ ਅੰਦਰੇ ਲਾ ਲਾ ਪੱਟ ਕੇ ਜਾਚੇ ਇਹਦੇ ਖੇਤ ਚ ਲਾ ਲਾ, ਉੱਥੇ ਲਾਉਣਾ ਹੀ ਪੈਣਾ ਜਿੰਨਾ ਘੁੰਮੀ ਫਿਰ ਕਿੱਥੇ ਨਾ ਪੱਟ ਕੇ ਹਵਾ ਨਾ, ਹਵਾ ਠੀਕ ਆ ਹੁਣ, ਹਵਾ ਕਿੱਥੇ ਠੀਕ ਹੈ ਘੁੰਮ ਗਈ ਆਪਾਂ ਕੂਲਰ ਦੇ ਕਿਧਰ ਚੱਲ ਰਹੀ ਚੱਲਦੀ ਹਵਾ ਨਹੀਂ ਚੱਲਦੀਆਂ ਆ, ਚੱਲ ਆਏ ਚੱਲਦੀ ਆ ਆ ਦੇਖ ਤੂੰ ਕਿੱਧਰ ਜਾਂਦਾ ਤੂੰ, ਉਹ ਚਾਹ ਲੈਣੀ ਆ ਭਾਈ ਚਾਹ ਪੀ, ਨਹੀਂ ਬਸ ਨਹੀਂ ਬਸ ਬਸ ਜ਼ਿਆਦਾ ਨਹੀਂ, ਲੈ ਵੀ ਤੂੰ ਲੈ ਲੈ ਚਾਹ ਬੜੀ ਖਾਣ ਮੈਂ ਮੈਂ ਦੁਬਾਰੇ ਫੇਰ ਭਰਿਆ ਗਲਾਸ ਠੀਕ ਹੈ ਜੀ, ਤੇਰੇ ਆਇਆ ਸਮਾਨ ਜਿਹੜਾ ਸਮਾਨ ਵਿੱਚ ਪਾਇਆ ਹੋਇਆ ਤੇਰੇ ਆਇਆ, ਇਤਿਹਾਸ ਦਰਜ ਕਰ ਦੋ ਖਤਰੇ ਚ ਕਿਉਂਕਿ ਬੀਜ ਉਹੀ ਕੱਢਣ ਲੱਗੇ ਹੋਏ ਆ, ਜੋਖਣੀ ਆਪਾਂ ਮੈਨੂੰ ਬਿਠਾ ਲਿਓ ਹੈ, ਜੋਖਣੀ ਆਪਾਂ ਬਹਿ ਜਾਊਂਗਾ ਮੈਂ, ਜਿਹਦੇ ਲੈਣੇ ਤਾਂ ਬੁੱਕ ਕਰਾ ਦਿਓ ਗਾਲ ਬੀਜ ਹੋ ਜਾਣੀ ਅੱਗੇ 2-3 ਕੁਇੰਟਲ ਤਾਂ ਕਿਤੇ 2 ਕੁਇੰਟਲ ਕਿਤੇ ਜਲਦੀ ਆ, ਕੁਇੰਟਲ ਤਾਂ ਹੋਏਗੀ ਜੋੜੀ ਚਾਚੇ ਕਿਹੜੀ ਆਹ ਪੰਜ ਕਿਲੋ ਖੜਾਤੀ
ਚਲੋ ਬਾਈ, ਦੋ ਕੁਆਂਟਲ ਤੇ ਜਾਊਗੀ ਉੱਪਰ, ਇਹ ਤਾਂ ਹੁਣ ਫੀਡ ਵਾਲੇ ਥੈਲੇ ਦੱਸੂਗਾ ਕਿੰਨੇ ਭਾਰ ਹੁੰਦੇ ਆ, ਨਾ ਦੋ ਕੁਆਂਟਲ ਉੱਪਰ ਜਾਊਗੀ ਥੋੜੀ ਆ, ਉਧਰ ਉਹ ਮਾਂ ਪਈ ਆ ਨਾ, ਸਰੋਂ ਵੀ ਖਾਣੀ ਆ ਗੱਲੀ, 50 ਕਿਲੋ ਪਈ ਆ, ਅੱਛਾ ਕੁਆਂਟਲ ਤੇ ਉੱਪਰ ਹੋ ਗਿਆ, ਅੱਧੇ ਚੀ ਕਰੀ ਵੀ ਪਈ ਆ, ਦੋ ਕੁਆਂਟਲ ਹੋ ਜਾਣੇ, ਬਾਕੀ ਹਾਸੀ ਵੀ ਬਹੁਤ ਚੱਲਦੀ ਰਹਿੰਦੀ, ਕੁਆਂਟਲ ਦੋ ਕੁਆਂਟਲ ਸਾਹਿਬ ਲੈ ਲੂੰਗਾ, ਫਾਲਤੂ ਪਈ ਆ ਬਹੁਤ, ਸੁੱਕੀ ਪਈ ਆ, ਸੁੱਕੀ ਹਵਾ ਨਾ ਹਟੀ ਨਾ ਹਟੀ ਵਿਆਹੀ ਚੱਲੀ ਸੀ, ਫਰੈਸ਼ ਘੁਮਾਉਣਾ ਪੈਣਾ, ਜੇ ਮੀਂਹ ਪੈ ਗਿਆ ਕੰਮ ਹੁੰਦਾ, ਖੜ ਗਿਆ ਕੰਮ ਖਰਾਬ, ਚਾਰ ਕਿਵੇਂ ਪੈ ਗਿਆ ਕੰਮ ਖੜ ਜਾਂਦਾ, ਅੱਧੇ ਘੰਟੇ ਦਾ ਇੱਕ ਵਾਰ ਸ਼ੁਰੂ ਹੋਇਆ ਹੁਣ, ਅੱਧਾ ਘੰਟਾ ਹੱਦ ਹੈ, ਇਹ ਥੋੜਾ ਜਿਹਾ ਇਹ ਤੁਰਨਾ ਔਖਾ, ਡੌਲਾ ਪਾਈ ਵੀ ਹੈ ਨਾ, ਡੌਲਾ ਵੀ ਆ ਪਰੰਗੇ, ਅੱਛਾ ਗੰਨਾ ਠੀਕ ਆ ਤੇਰੇ ਤੇ ਸਾਹਮਣਾ, ਗੰਨਾ ਵੀ ਮੈਂ ਚਾਚੇ ਨਾਲ ਬਾਦੀ ਕੇ ਰੱਖੀ, ਜਿਹੜਾ ਕੜਾਈ ਗੱਲ ਹੀ ਉਹ ਚਾਚੇ, ਮੈਂ ਇਹਨਾਂ ਨੂੰ ਕਿਹਾ ਤੁਸੀਂ ਤਾਂ ਉਹਨਾਂ ਨੂੰ ਲੂਟ ਰਹੇ ਨਾ, ਆਹੋ ਤਾਂ ਨਾ ਖਰਚਾ ਵੀ ਹੋਣਾ, ਖਰਚਾ ਵੀ ਤੇ ਕਿੰਨਾ, ਇਹ ਸਭ ਠੀਕ ਆ, ਕੜਾਈ ਹੋਣੀ ਕਿਹਦੀ, ਕੜਾਈ ਹੋਣੀ ਬਈ ਕਿਹਦੀ, ਕੜਾਈ ਵੀ ਆ ਤੇ ਥੱਲੀ ਬੈ ਹੋਣੀ ਆ, ਫਿਰ ਕਿੰਨੇ ਨਾਲ ਹੋਣਾ ਤਕੜਾ, ਫਿਰ ਆਏ ਆ ਗੰਨਾ ਕੀਤਾ ਜਾਂ ਡਾਲ ਵਗੇਰ ਦੂੰਗੇ, ਚੱਲ ਹੈਗਾ ਟਾਈਮ ਹਲੇ ਦੇਖ, ਗੰਨਾ ਹੋਇਆ ਬਹੁਤ ਨਾ, ਜਦ ਤੈਨੂੰ ਕੱਖ ਲੱਗਦਾ, ਜਰਾਖ ਕਢਾਈ ਹੋ ਗਈ ਸਾਫ਼ ਹੋ ਗਿਆ, ਦੇਖ ਗੰਨਾ ਫੁੱਟਦਾ, ਜਿਹੜਾ ਹੋਇਆ ਇੱਧਰ ਲਾ ਦੇ ਉਹਨੂੰ, ਕਿਹੜੇ ਲਹਾਏ ਨਹੀਂ ਮੈਂ ਹੈਗਾ, ਸਾਤੇ ਨਹੀਂ ਹੋਣਾ, ਨਹੀਂ ਨਹੀਂ ਉਹ ਨਹੀਂ ਹੋਣਾ, ਉਹ ਕੰਮ ਖਰਾਬ, ਇਹ ਤਾਂ ਮੈਂ ਤਾਂ ਇੱਕ ਜਿਹੜਾ ਗੰਨਾ ਸਾਰਾ ਰੱਖ ਹੋਣਾ ਜਾਂ ਸਾਰੀ ਬਾਹ ਸਾਰੇ ਤਾਂ ਲੱਗਣਾ, ਕੰਮ ਦੋਏ ਆ, ਕੰਮ ਦੋਏ ਆ, ਜਿਹੜੇ ਆ ਕਾਂਖੜੀ ਗਈ ਜੂ ਗੰਨਾ ਹੀ ਆ, ਬਾਕੀ ਬਈ ਸਾਡੀ ਤਾਂ ਗੱਲਾਂ ਹੀ ਆ, ਉਹ ਪਰਲਾ ਜਿਹੜਾ ਪਰਲਾ ਉਹ ਤਾਂ ਉਹੀ ਆ, ਉਹ ਗੰਨਾ ਰੱਖਣਾ ਆਪਾਂ ਨੇ, ਉਹ ਨਹੀਂ ਰੱਖਣਾ, ਉਹ ਬਾਹ ਕੇ ਉਹ ਤਾਂ ਲਾਉਣੇ ਆ, ਉਹ ਤਾਂ ਆਏ ਕਹਿੰਦਾ ਜਿਹੜਾ ਕੀਲਾ ਖੰਡ ਕਰਨਾ ਧਾਨਾਂ ਦਾ ਕਰ ਲਾ ਉੱਥੇ ਸਹੀ, ਉਹ ਪਰਲੇ ਮੈਂ ਹੋ ਜੂਗਾ, ਪਾਲੀ ਕਣਕ ਵਾਲਾ ਵੀ ਨਹੀਂ ਹੋਣਾ, ਪਰਲਾ ਉਹੀ ਤਾਂ ਉਹੀ ਦੇਖਣਾ, ਜੇ ਉਹ ਗੰਨਾ ਠੀਕ ਆ ਫਿਰ ਇਹ ਵੀ ਰੱਖ ਲੈਣਾ, ਅੱਛਾ ਉਹ ਬੈਡ ਵਾਲਾ ਗੰਨਾ ਤਾਂ ਨਾ, ਉਹ ਗੰਨਾ ਠੀਕ ਆ, ਗੰਨਾ ਨਿਕਲਿਆ ਵਾ ਕੱਕ ਵੱਢੀ ਤੇ ਪਲਗਣਾ ਕਰਨੇ ਤਾਂ, ਦੇਖ ਲਾ ਲੈ, ਬਾਕੀ ਰਾਏ ਸਰਦਾਰ ਜੀ ਦਊਂਗੇ, ਉਹਨੂੰ ਪੁੱਛਿਆ ਮੈਂ, ਕਰ ਦੇ ਜਿੰਨੇ ਹੈਗੇ ਦੇਖੀ ਜਾਊ, ਤਾਂ ਦਾ ਕੱਕ ਖੋਜ ਕੇ ਸਾਫ਼, ਤਾਂ ਹੋਰ ਹੈ ਤਾਂ ਨਹੀਂ ਕਿਤੇ, ਇੱਕ ਕਿੱਲਾ ਹੈਗਾ ਉੱਪਰ, ਪਹਿਲਾਂ ਬਣਾ ਕੇ ਕਣਕ ਲਾ ਦੀ ਚੱਟੂਗੇ, ਠੀਕ ਨੀ ਗੱਲ, ਖਰਚਾ ਵੀ ਕਰਨਾ, ਗੰਨੇ ਵਗੈਰਾ ਖਰਚਾ ਘੱਟ ਆਉਂਦਾ, ਕੋਈ ਨਾ ਸਰਦਾਰ ਜੀ ਪੁੱਛਦੇ ਕਿਆ ਵੀ ਸਲਾਹ ਹੈ, ਉਹਦੀ ਸਲਾਹ ਵੀ ਕਿੰਨਾ ਉਹਦੀ ਹੈ, ਗੰਨਾ ਰੱਖਣ ਫਿਰਦਾ ਮੈਨੂੰ ਲੱਗਦਾ, ਕਿਆ ਪਤਾ ਉਹਨੇ ਕਿਆ ਕਰਨਾ, ਗੰਨਾ ਸਿੱਧਾ ਬਹੁਤ ਵਾ, ਕੜਾਈ ਤੇ ਲੱਗੂ ਬਾਕੀ, ਬਾਕੀ ਬਾਈ ਚਾਹੇ 50 ਬੰਦੇ ਕਹੀ ਜਾਣ ਉਹਨੇ ਮੰਨਣੀ ਕਿਸੇ ਦੀ ਨਹੀਂ ਹੈਗੀ, ਕਰਨੀ ਉਹਨੇ ਆਪਣੀ ਮਰਜ਼ੀ ਆ, ਜੇ ਮੰਨ ਲੈਣੀ ਉਹਨੇ ਇੱਕ ਦੀ ਮੰਨ ਲੈਣੀ,
ਚਲੋ ਠੀਕ ਹੈ ਬਾਈ, ਚਲੋ ਠੀਕ ਹੈ ਜੀ। ਬਾਕੀ ਭਾਈ ਤੁਹਾਨੂੰ ਝਾੜ ਚਾਚੇ ਵਾਲੀ ਵੀਡੀਓ ਦੇਖੂਗੇ ਕੱਲੂ 7 ਵਜੇ ਕੱਲੂ ਸਵੇਰੇ 6:30 ਵੀਡੀਓ ਪੈਣੀ ਆ, ਉਮਾ ਝਾੜ ਦੇਖ ਲਓ ਕਿੰਨਾ ਕਾ ਉਮਾ ਝਾੜ ਦਾ ਦਲਵੀਰ ਦੀ ਵੀਡੀਓ ਕੀ ਸਮਾਪਤ ਆ ਜੀ ਸਾਡਾ ਹੋ ਗਿਆ ਟਾਈਮ ਪੂਰਾ ਹੁਣ ਤੁਹਾਨੂੰ ਮਾਫ ਕਰੋ ਵੀ ਦਿਹਾੜੀ ਅੱਧੀ ਹੋ ਗਈ ਸਾਡੀ ਦਲਵੀਰ ਵਾਲੀ ਉਹ ਦਿਹਾੜੀ ਦੂਜੀ ਚਾਚੇ ਵਾਲੀ ਆ ਚਲੋ ਠੀਕ ਆ ਜੀ ਚੰਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ।